बीजेपी तरफ से जबरदस्त हंगामा कर रही है लड़की मिंटी कौर है, जिसने पहला वीक कहीं तर न्याच बीजेपी दे वट कड्डे ने अते उसनु अगवा कर बलात्कार करने दोष लगाए। ए हर बार चीख चीख के बीजेपी अते पुलिस ते गंभीर दोष लगाउंदी है। इस बार भी कुछ अजिहा ही होया। जी हाँ, बीजेपी वाले ने सूबा प्रधान अश्विनी शर्मा ते हुए हमले कारण जलंधर च धरना लगाया होया सी, पर मिंटी कौर ने उत्थे आके हंगामा कर दिता। एक बार फिर देखो कि मैं मिंटी ने चीख चीख के बीजेपी अते पुलिस दे दोष लगाए। उस समय तो पुलिस उसनु गड्डी च बिठा के ले गई, आवाज बंद कर दी, पर फिर वापस आके मिंटी ने मीडिया सामने अपना गुस्सा जाहिर किया अते बीजेपी लीडरां ते कई वड्डे इल्जाम लगाए, नाल ही लानता भी पाईआं। मैं ते जी उत्थे भाजपा वाले कहंदे ने कि कांग्रेस सरकार जिहड़ी आ उह सारा कुछ करवा रही कर रही आ, ते उह कांग्रेस सरकार ते दसदे आ। मैं भी इह भाजपा वालिआं नूं पुछण भी गई सी ते होर कुछ चीज़ां दिखाण भी गई सी कि भी कांग्रेस सरकार दे हुंदिआं तुहाडी भाजपा ने मैनूं अगवा करके रख्या, इहनां दे कहण ते पुलिस ने रख्या, इह सारा कुछ मेरे नाल हुण तक कीता। जे मेरे नाल इन्ना कुछ उह करदे रहे आ ते फिर ਤੁਸੀਂ ਕਿੱਦਾਂ ਕਹਿ ਸਕਦੇ ਹੋ ਕਾਂਗਰਸ ਜਿਹੜੀ ਆ ਉਹ ਧੱਕਾ ਕਰ ਰਹੀ ਆ, ਉਹ ਅਟੈਕ ਕਰਵਾ ਰਹੀ ਆ, ਜੋ ਕਿ ਮੈਨੂੰ ਮਾਰਨ ਦੀ ਪਲੈਨਿੰਗ ਪਹਿਲੇ ਦਿਨ ਤੋਂ ਇਹਨਾਂ ਨੇ ਕੀਤੀ। ਪਹਿਲਾਂ ਉੱਧਰ ਮੇਰੇ ਨਾਲ ਜਾਨਲੇਵਾ ਮੇਰੇ 'ਤੇ ਹਮਲਾ ਕੀਤਾ, ਜੇ ਮੈਂ ਬਚ ਗਈ ਤਾਂ ਮੈਨੂੰ ਇਹਨਾਂ ਨੇ ਅਗਵਾ ਕਰਕੇ ਨਾਰੀ ਨਿਕੇਤਨ ਦੇ ਵਿੱਚ ਰੱਖਿਆ ਗਿਆ, ਜੋ ਰਿਕਾਰਡ ਦੇ ਵਿੱਚ ਸਾਰਾ ਕੁਝ ਆਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਸ਼ਾਇਦ ਕੁਝ ਮਾਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ। ਹਾਂਜੀ, ਰੋਬਿਨ ਸਾਂਪਲਾ ਜਿਹੜਾ ਆ ਪਹਿਲਾਂ ਵੀ ਇਹਨਾਂ ਦੀ ਇੱਕ ਰਿਕਾਰਡਿੰਗ ਆਈ ਸੀ, ਮੈਨੂੰ 7 ਦਿਨ ਦਾ ਟਾਈਮ ਦਿੱਤਾ ਗਿਆ ਸੀਗਾ, ਉਸ ਤੋਂ ਬਾਅਦ ਰੋਬਿਨ ਸਾਂਪਲਾ ਨੇ ਮੈਨੂੰ ਮਾਰਨ ਦੀ ਪਲੈਨਿੰਗ, ਉਹਦੀ ਵਾਈਫ ਕਹਿ ਰਹੀ ਹੈ ਇੱਕ ਲੇਡੀ ਨੂੰ ਗੱਲ, ਉਹ ਮੇਰੇ ਤੱਕ ਪਹੁੰਚੇ, ਮੈਨੂੰ ਉਹਨਾਂ ਨੇ ਦੱਸਿਆ ਵੀ, ਔਰ ਸੀਪੀ ਸਰ ਕੋਲ ਪੂਰਾ ਰਿਕਾਰਡ ਆ, ਉਹਦੇ ਵਿੱਚ ਸਾਰੇ ਆਫੀਸਰਾਂ ਦੇ ਨਾਮ ਲਏ ਜਾਂਦੇ, ਜਿਹੜੀਆਂ ਕੰਪਲੇਂਟ ਵੀ ਆ ਉਹ ਸਾਰਾ ਕੁਝ ਬਾਕੀ ਹੈਗਾ ਆ, ਉਹ ਕੋਈ ਫੇਕ ਰਿਕਾਰਡਿੰਗ ਨਹੀਂ ਆ। ਉਹ ਉੱਥੇ ਜਾ ਕੇ ਭਾਜਪਾ ਤੇ ਸਰਕਾਰ ਆਪ ਧੀਆਂ ਨੂੰ ਮਰਵਾ ਰਹੀ ਆ, ਤੇ ਉਹ ਕਿੱਦਾਂ ਕਹਿ ਸਕਦੇ ਆ? ਅੱਜ ਉਹਨਾਂ ਦੇ ਪ੍ਰਧਾਨ ਤੇ ਕੋਈ ਅਟੈਕ ਆਪ ਉਹਨੇ ਕਰਵਾਇਆ ਜਾਂ ਸਿਕਿਉਰਿਟੀ ਲੈਣ ਲਈ ਜਾਂ ਕੀ ਕੀਤਾ ਸਾਨੂੰ ਨਹੀਂ ਪਤਾ, ਉਹਦੇ ਤੇ ਉਹ ਇੰਨਾ ਕੁਝ ਕਰ ਰਹੇ ਨੇ, ਤੇ ਧੀਆਂ ਨੂੰ ਮਰਵਾਉਣ ਦੇ ਲਈ ਉਹ ਇੰਨਾ ਕੁਝ ਕਰਨ ਲੱਗ ਪੈਂਦੇ ਨੇ, ਤੇ ਕੀ ਜੀ ਭਾਜਪਾ ਪ੍ਰਧਾਨ ਦੇ ਇੱਕ ਅਟੈਕ ਤੇ ਸਾਰੇ ਪੰਜਾਬ ਦੇ ਵਿੱਚ ਇਹ ਤਾਂ ਧਰਨੇ ਲਾਉਣ ਲੱਗ ਪਏ ਆ।
ਸਾਡਾ ਕਿਤੇ ਕੋਈ ਸੇਫ ਸਾਈਡ ਨਹੀਂ ਆ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਕਿ ਹੁਣ ਇੱਕ ਨੀਸ਼ਾ ਵਾਲਾ ਮਾਮਲਾ ਸਾਹਮਣੇ ਆਇਆ ਜੇ ਪੰਜਾਬ ਦੀ ਗੱਲ ਕਰੀਏ ਕੁਝ ਟਾਈਮ ਪਹਿਲਾਂ ਤੁਹਾਡੇ ਨਾਲ ਵੀ ਕੁਝ ਐਸੇ ਜਿਹਾ ਹੀ ਹੋਇਆ ਸੀ ਕਿ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਮੈਂ ਜਿੰਦੀ ਜਾਗਦੀ ਇੱਕ ਗਵਾਹ ਆ ਇਸ ਚੀਜ਼ ਦੀ ਕਿ ਮੇਰੇ ਪਰਿਵਾਰ ਨਾਲ ਵੀ ਇਹ ਕੀ ਕਰਦੇ ਰਹੇ ਸੀ ਵਿਦਆਊਟ ਰਿਕਾਰਡ ਪੁਲਿਸ ਜਾਂਦੀ ਸੀ ਉਹਨਾਂ ਨੂੰ ਕਹਿੰਦੀ ਸੀ ਕੁੜੀ ਦੇ ਖਿਲਾਫ਼ ਕੁਛ ਲਿਖ ਕੇ ਦੇ ਦਿਓ ਮੈਨੂੰ ਕਿੰਨਾ ਕੁ ਟੋਰਚਰ ਜੇ ਮੈਨੂੰ ਅਗਵਾਹ ਕਰਕੇ ਰੱਖਦੇ ਸੀ ਤਾਂ ਇਹਨਾਂ ਚੀਜ਼ਾਂ ਲਈ ਰੱਖਦੇ ਸੀ ਨਾ ਮੈਨੂੰ ਮਾਰਨ ਦੀਆਂ ਕੋਸ਼ਿਸ਼ ਕੀਤੀਆਂ ਇਹ ਉਸ ਪਰਿਵਾਰ ਨਾਲ ਕੀ ਨਹੀਂ ਕਰ ਸਕਦੇ ਭਾਜਪਾ ਸਰਕਾਰ ਨੇ ਤਾਂ ਵਾਕਈ ਉਸ ਬੱਚੀ ਨੂੰ ਰਾਤੋਂ ਰਾਤ ਜਲਾ ਦਿੱਤਾ ਗਿਆ ਉਹਦੀ ਤਾਂ ਹੱਤਿਆ ਕੀਤੀ ਗਈ ਆ ਇਹ ਤਾਂ ਬੰਦੇ ਨੂੰ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਮਾਰਨ ਦੇ ਲਈ ਇਹ ਕੁਛ ਦੇ ਹੱਦ ਤੱਕ ਵੀ ਚਲ ਜਾਂਦੇ ਜੇ ਉਹ ਚੁੱਪ ਨਹੀਂ ਹੁੰਦਾ ਤਾਂ ਪਰ ਮੇਰੇ ਨਾਲ ਤਾਂ ਹੁੰਦਾ ਆਇਆ ਹੁਣ ਤੱਕ ਤੇ ਅੱਜ ਤੁਹਾਨੂੰ ਪੁਲਿਸ ਲੈ ਕੇ ਆਈ ਹੈ ਹੁਣ ਪੁਲਿਸ ਨੇ ਕੋਈ ਮਾਮਲਾ ਦਰਜ ਕੀਤਾ ਕਿ ਤੁਹਾਨੂੰ ਘਰ ਜਾਣ ਲਈ ਕਿਹਾ ਗਿਆ ਨਹੀਂ ਮਾਮਲਾ ਤਾਂ ਮੈਨੂੰ ਪਤਾ ਨਹੀਂ ਜੀ ਦੱਸ ਨਹੀਂ ਰਹੇ ਮੈਂ ਤਾਂ ਪੁੱਛ ਰਹੀ ਹਾਂ ਕਿ ਮੇਰੇ ਤੇ ਕੋਈ DDR ਪਾਈ ਜਾਂ ਕੀ ਹੈ ਨਾ ਤੇ ਮੈਂ ਇਹਨਾਂ ਨੂੰ ਦੋ ਕੁਐਸਚਨ ਵੀ ਕੀਤੇ ਨੇ ਔਰ ਮੈਂ ਸੀਪੀ ਸਾਨੂੰ ਵੀ ਵੀ ਮੈਂ ਕੱਲ੍ਹ ਵੀ ਪ੍ਰੋਟੈਸਟ ਤੇ ਸੀਗੀ ਮੈਨੂੰ ਨਹੀਂ ਚੱਕਿਆ ਗਿਆ ਕੱਲ੍ਹ ਵੀ ਪ੍ਰੋਟੈਸਟ ਤੇ ਸੀ ਕੱਲ੍ਹ ਤਾਂ ਉੱਥੇ ਮੁਰਦਾਬਾਦ ਵੀ ਅਸੀਂ ਕਹਿੰਦੇ ਰਹੇ ਭਾਜਪਾ ਸਰਕਾਰ ਨੂੰ ਵੀ ਕਹਿੰਦੇ ਰਹੇ ਪੰਜਾਬ ਪ੍ਰਧਾਨ ਨੂੰ ਅੱਜ ਦੇ ਸਾਫ ਸਾਫ ਆ ਦਿਸਦਾ ਪਿਆ ਵੀ ਮੈਂ ਤਾਂ ਕਿਤੇ ਜਾ ਕੇ ਕੋਈ ਮੁਰਦਾਬਾਦ ਦਾ ਨਾਰਾ ਵੀ ਨਹੀਂ ਲਾਇਆ ਨਾ ਮੈਂ ਉਹਨਾਂ ਦਾ ਕੋਈ ਪ੍ਰੋਗਰਾਮ ਖਰਾਬ ਕੀਤਾ ਮੈਂ ਤਾਂ ਉਹ ਚੀਜ਼ਾਂ ਉੱਤੇ ਦੱਸਣ ਦਿਖਾਉਣ ਗਈ ਸੀ ਨਾਲੇ ਰਿਕਾਰਡਿੰਗ ਵੀ ਤੁਹਾਡੀ ਸਰਕਾਰ ਤਾਂ ਆਪ ਹੀ ਅਮਰਵੰਦੀ ਆ ਜਿਹਦਾ ਤੁਹਾਨੂੰ ਅਗਵਾ ਕੀਤਾ ਗਿਆ ਸੀ ਕਿੰਨਾ ਦੀ ਸਰਕਾਰ ਸੀ ਕੀ ਕਾਂਗਰਸ ਸਰਕਾਰ ਵੀ ਨਾਲ ਸ਼ਾਮਲ ਹੈ ਇਸ ਦੇ ਉਸ ਟਾਈਮ ਤੇ ਕਾਂਗਰਸ ਦੀ ਸਰਕਾਰ ਸੀ ਜੀ ਉਸ ਟਾਈਮ ਤੇ ਜਿਹੜਾ ਪੰਜਾਬ ਪ੍ਰਧਾਨ ਸੀ ਵਿਜੇ ਸਾਂਪਲਾ ਸੀਗਾ ਔਰ ਉਹ ਮੈਂਬਰ ਪਾਰਲੀਮੈਂਟ ਵੀ ਸੀ ਜਿਸ ਰਾਤ ਮੈਨੂੰ ਅਗਵਾ ਕਰਵਾ ਕੇ ਉੱਥੋਂ ਨਾਰੀ ਨੇ ਕਿਤਨ ਰੱਖਿਆ ਗਿਆ ਮੈਨੂੰ ਟੋਰਚਰ ਕਰ ਰਹੇ ਸੀ ਉਸੇ ਦਿਨ ਜਾ ਕੇ ਸਵੇਰ ਨੂੰ 26 ਤਰੀਕ ਰਾਤ ਨੂੰ ਮੈਨੂੰ ਰੱਖਿਆ 27 ਤਰੀਕ ਸਵੇਰੇ ਕੈਪਟਨ ਅਮਰਿੰਦਰ ਸਿੰਘ ਕੋਲ ਜਾ ਕੇ ਪੰਜਾਬ ਪ੍ਰਧਾਨ ਜਿਹੜਾ ਵਿਜੇ ਸਾਂਪਲਾ ਬੈਠਾ ਸੀ ਤੇ ਇਹ ਤੋਂ ਸਾਫ਼ ਸਾਫ਼ ਇੱਕ ਚੀਜ਼ ਤਾਂ ਪਤਾ ਚੱਲਦੀ ਆ ਵੀ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ ਉਹਦਾ ਕਾਰਨ ਕੀ ਆ ਮੈਂ ਤੁਹਾਨੂੰ ਉਹ ਵੀ ਕਲੀਅਰ ਕਰ ਦਿੰਦੀ ਹਾਂ ਭਾਈ ਕੈਪਟਨ ਅਮਰਿੰਦਰ ਸਿੰਘ ਬੀਬੀ ਰੂਸਾਂ ਨੂੰ ਇੰਨੇ ਸਮੇਂ ਤੋਂ ਰੱਖ ਰਹੇ ਨੇ ਕੋਈ ਹੋਰ ਪਾਕਿਸਤਾਨ ਦਾ ਇੰਨਾ ਲੰਬਾ ਸਮਾਂ ਰਹਿ ਸਕਦਾ ਉਹ ਸੈਂਟਰ ਗੌਰਮੈਂਟ ਦੀ ਪਰਮਿਸ਼ਨ ਨਾ ਆ ਇਸ ਲਈ ਉਹ ਸੈਂਟਰ ਗੌਰਮੈਂਟ ਨੂੰ ਬਚਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਔਨ ਰਿਕਾਰਡ ਆ ਵੀ ਇਹਨਾਂ ਨੇ ਆਪਦੇ ਅਹੁਦਿਆਂ ਦੀ ਕੀ ਦੁਰਵਰਤੋਂ ਕੀਤੀ ਸੀ ਭਾਜਪਾ ਸਰਕਾਰ ਨੇ ਉਸ ਟਾਈਮ ਤੇ ਮੈਨੂੰ ਰੱਖਣ ਦੀ।